ਨਮਸਕਾਰ ਸਤਿ ਸ੍ਰੀ ਅਕਾਲ ਬ੍ਰੇਕਫਾਸਟ ਨਿਊਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਯੂਰਪ ਤੇ ਅਮਰੀਕਾ ਦੇ ਦਰਸ਼ਕਾਂ ਦਾ ਵੀ ਨਾਲ ਨਾਲ ਸਵਾਗਤ ਕਰਦੇ ਹਾਂ ਅੱਜ ਸਾਡੇ ਸਟੂਡੀਓ 'ਚ ਜੁਗਨੂ ਆਇਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੁਗਨੂ ਇੱਕ ਅਜੀਹਾ ਕੀਟ ਹੈ ਜਿਹੜਾ ਆਪਣੇ ਖੁਦ ਤੋਂ ਹੀ ਰੋਸ਼ਨੀ ਪੈਦਾ ਕਰਦਾ ਤੇ ਕੁਝ ਅਜਿਹੇ ਹੀ ਕੰਮ ਕਰਦੇ ਨੇ ਸਾਡੇ ਜੁਗਨੂ ਜਿਹੜੇ ਸਮਾਜ ਨੂੰ ਜਗਾਉਣ ਅਤੇ ਰੋਸ਼ਨੀ ਦਿਖਾਉਣ ਦਾ ਕੰਮ ਕਰਦੇ ਨੇ ਜੁਗਨੂ ਭਗਵੰਤ ਮਾਨ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਪਰ ਇਸ ਚੌਣਵੀਆਂ ਖਬਰਾਂ ਦੇ ਬਾਅਦ ਸ਼ੰਪੂ ਧੁਮਾਕੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਹైదరాబాద్ ਜਾਣਗੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਅਮਨ ਕਾਨੂੰਨ ਦੀ ਹਾਲਤ ਅਤੇ ਧਮਾਕਿਆਂ ਦੀ ਪੜਤਾਲ ਚ ਕੀਤੀ ਗਈ ਕਾਰਗੁਜ਼ਾਰੀ ਬਾਰੇ ਲੈਣਗੇ ਜਾਣਕਾਰੀ ਪਟਿਆਲਾ ਦੇ ਬਾਦਲਦਾਲ ਦੇ ਮੇਅਰ ਖਿਲਾਫ ਆਪਣੀ ਨੂੰਹ ਦੇ ਕਤਲ ਦੇ ਇਲਜ਼ਾਮ 'ਚ ਧਾਰਾ 302 ਦਾ ਮਕਦਮਾ ਦਰਜ ਧੀ ਦੇ ਮਾਪਿਆਂ ਨੇ ਮੇਅਰ ਦੀ ਪਤਨੀ ਅਤੇ ਪੁੱਤਰ ਖਿਲਾਫ ਵੀ ਕਰਵਾਇਆ ਕੇਸ ਦਰਜ ਮੇਅਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਪਟਿਆਲਾ ਥਿਲੇ ਦੇ ਪਾਸੋਂ ਕਸਬੇ 'ਚ ਅੱਜ ਨਗਰ ਪੰਚਾਇਤ ਲਈ ਲੋਕ ਚੋਣਾਂ 'ਗੇ ਆਪਣੇ ਨੁਮਾਇंदे ਬਾਦਲਦਾਲਾ ਤੇ ਕਾਂਗਰਸ ਦੇ ਸਥਾਨਕ ਪਦਰ ਤੇ ਨੇਤਾਵਾਂ ਦਾ ਵਿਕਾਰ ਲੱਗਾ ਤਾਂ ਤੇ ਭਾਰਤੀ ਫੌਜ ਦੇ ਖੁਫੀਆ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਚਾਲਬਾਜ਼ਾਂ ਦਾ ਗਰੋਹ ਕਾਬੂ ਫੌਜ ਵਿੱਚ ਭਰਤੀ ਕਰਾਉਣ ਦਾ ਸਬਜ਼ ਵਾਅਦਾ ਦਿਖਾ ਕੇ ਲੱਖਾਂ ਰੁਪਏ ਲੁੱਟਣ ਦਾ ਹੋਇਆ ਖੁਲਾਸਾ ਆਪਣੀਆਂ ਸਮਾਜਿਕ ਸਮੱਸਿਆਵਾਂ ਉੱਤੇ ਚੋਟਾਂ ਕਰਨ ਦੇ ਵਿੱਚ ਮਾਹਿਰ ਸਾਡੇ ਜੁਗਨੂ ਭਾਗ ਭਗਵੰਤ ਮਾਨ ਅੱਜ ਸਟੂਡੀਓ 'ਚ ਆਏ ਹੋਏ ਨੇ। ਉਹਨਾਂ ਦੇ ਨਾਲ ਅਸੀਂ ਸਮਾਜ ਦੇ ਤਾਣੇ-ਬਾਣੇ ਅਤੇ ਮੌਜੂਦਾ ਸਿਆਸਤ ਬਾਰੇ ਗੱਲ ਕਰਾਂਗੇ। ਸਟੂਡੀਓ 'ਚ ਹਾਜ਼ਰ ਨੇ ਭਗਵੰਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਅ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਤੁਸੀਂ ਇੱਕ ਕਾਮਯਾਬ ਤੁਹਾਡਾ ਜੀਵਨ ਰਿਹਾ। ਪੇਸ਼ੇਵਰ ਜੀਵਨ ਖਾਸ ਕਰਕੇ ਵਿਅੰਗਕਾਰ ਦੇ ਤੌਰ ਤੇ ਇੱਕ ਹਾਸ ਰਸ ਕਲਾਕਾਰ ਦੇ ਤੌਰ ਤੇ। ਹੁਣ ਉਸ ਦੇ ਨਾਲ-ਨਾਲ ਤੁਸੀਂ ਸਿਆਸਤ ਦੇ ਵਿੱਚ ਵੀ ਪੈਰ ਧਰ ਲ ਏ ਤੁਸੀਂ ਤਾਲ ਮਿਲ ਕੇ ਮੈਨੂੰ ਬਿਠਾਉਂਦੇ ਹੋ ਵਾਪਸ ਦੇਖੋ ਜੇ ਤੁਸੀਂ ਮੇਰੀਆਂ ਕਸਟ ਸੀੜੀਆਂ ਜਾਂ ਫਿਰ ਤੁਸੀਂ ਮੇਰੀਆਂ ਮੇਰੇ ਸੀਰੀਅਲ ਸੁਨੇ ਹੋਣ ਜਾਂ ਲਾਈਵ ਸ਼ੋਸ ਤਾਂ ਤੁਹਾਨੂੰ ਇੱਕ ਝਲਕ ਉਹਦੇ ਚੋਂ ਜਰੂਰ ਮਿਲੂਗੀ ਕਿ ਮੈਂ ਸਿਸਟਮ ਦੇ ਖਿਲਾਫ ਹੀ ਬੋਲਦਾ ਸੀ ਚਾਹੇ ਹੋ ਪੁਲਿਸ ਦੀ ਕ腐ਸ਼ਨ ਹੈ ਚਾਹੇ ਉਹ ਪੋਲਿਟਿਕਸ ਦੀ ਕ腐ਸ਼ਨ ਹੈ ਚਾਹੇ ਉਹ ਸੋਸ਼ਲ ਪ੍ਰੋਬਲਮਸ ਨੇ ਚਾਹੇ ਉਹ ਸਾਡੀਆਂ ਸਮਾਜਿਕ ਬੁਰਾਈਆਂ ਨੇ ਮੈਂ ਉਹਨਾਂ ਤੇ ਕਮੈਂਟ ਕਰਦਾ ਸੀ ਸੋ ਕਈ ਵਾਰੀ ਕੀ ਹੁੰਦਾ ਕਿ ਜਦੋਂ ਐਸੈਟ ਸੀਰੀਜ਼ ਦੇ ਵਿੱਚ ਲੋਕੀ ਸੁਣਦੇ ਨੇ ਤਾਂ ਸਿਰਫ ਤਾੜੀਆਂ ਤੱਕ ਸੀਮਤ ਰਹਿ ਜਾਂਦਾ ਜਿਹਾ ਵੀ ਬਹੁਤ ਵਧੀਆ ਯਾਰ ਬਹੁਤ ਵਧੀਆ ਗੱਲ ਹੈ ਉਹ ਤੇ ਅਸਰ ਨਹੀਂ ਹੁੰਦਾ ਸੋ ਫਿਰ ਮੈਂ ਮੇਰੇ ਮਨ ਚ ਪਹਿਲੇ ਦਿਨੋਂ ਹੀ ਕਿਉਂਕਿ ਮੈਂ ਖੁਦ ਲਿਖਦਾ ਹਾਂ ਉਹਨਾਂ ਗੱਲਾਂ ਨੂੰ ਇਸ ਗੱਲ ਲਈ ਮੇਰੇ ਮਨ ਚ ਦਰਦ ਹੈ ਕਿ ਆਮ ਲੋਕ ਜਿਹੜੇ ਨੇ ਉਹ ਹਾਸ਼ੀਏ ਤੋਂ ਬਿਲਕੁਲ ਪਰਾਂ ਹਟ ਗਏ ਨੇ ਜਿਹੜੇ ਸਿਆਸਤ ਹੈ ਉਹ ਇੱਕ ਖੇਡ ਬਣ ਗਈ ਹੁਣ ਸੋ ਇਹਨੂੰ ਬਦਲਣ ਵਾਸਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਝੰਡਾ ਚੁੱਕਿਆ ਸੱਚ ਦਾ ਤਾਂ ਮੈਨੂੰ ਲੱਗਿਆ ਕਿ ਜੇ ਕੋਈ ਬੰਦਾ ਪੰਜਾਬ ਵਾਸਤੇ ਪੰਜਾਬ ਦੀ ਡੁੱਬਦੀ ਬੇੜੀ ਨੂੰ ਕੋਈ ਸਹਾਰਾ ਦੇਣ ਵਾਸਤੇ ਕੋਈ ਕਰ ਰਿਹਾ ਕੁਝ ਤਾਂ ਮੈਨੂੰ ਆਪਣਾ ਯੋਗਦਾਨ ਉਹਦੇ ਵਿੱਚ ਪਾਉਣਾ ਚਾਹੀਦਾ ਕਿਉਂਕਿ ਮੈਨੂੰ ਆਮ ਲੋਕਾਂ ਨੇ ਭਗਵੰਤ ਮਾਨ ਬਣਾਇਆ ਤੇ ਮੈਂ ਆਮ ਲੋਕਾਂ ਦੇ ਨਾਲ ਹੀ ਖੜਾ ਹਾਂ ਸੋ ਇਹ ਇਹ ਸੋਚ ਕੇ ਫਿਰ ਮੈਂ ਅੱਜ ਸਿਆਸਤ ਦੇ ਵਿੱਚ ਜਿਹੜਾ ਮੈਂ ਕੰਮ ਕਰ ਰਿਹਾ ਉਹ ਕੈਸਟ ਸੀਡੀ ਦੇ ਵਿੱਚ ਵੀ ਉਹੀ ਕਰਦਾ ਸੀ ਫਰਕ ਸਿਰਫ ਇੰਨਾ ਹੈ ਕਿ ਮੈਂ ਹੁਣ ਇੱਕ ਸੀਰੀਅਸ ਗੰਭੀਰ ਮੰਚ ਤੋਂ ਬੋਲਦਾ ਪਹਿਲਾਂ ਸਿਰਫ ਸੀਰੀਜ਼ ਕੈਸਟਸ ਦੇ ਵਿੱਚ ਇੱਕ ਕਾਮੇਡੀਅਨ ਦੇ ਤੌਰ ਤੇ ਹਾਸੇ ਚੀਟੜੀ ਜਾਂਦੀ ਸੀਗਾ ਜਿਹੜੇ ਤੁਸੀਂ ਪ੍ਰੋਗਰਾਮ ਕਰਦੇ ਹੁੰਦੇ ਸੀ ਮੈਂ ਵੀ ਕਾਫੀ ਪ੍ਰੋਗਰਾਮ ਦੇਖੇ ਤੁਹਾਡੇ ਲਾਈਵ ਜਿਹੜ ਉਦੋਂ ਜਿਹੜਾ ਸਰੋਤਾ ਹੁੰਦਾ ਸੀ ਦਰਸ਼ਕ ਹੁੰਦਾ ਸੀ ਖੁੱਲ ਕੇ ਹੱਸਦਾ ਸੀ ਠਾਕਾ ਮਾਰ ਕੇ ਹੱਸਦਾ ਸੀ ਗੱਲ ਉਹੀ ਹੈ ਨਵੇਂ ਤਰੀਕੇ ਨਾਲ ਕਰਦੇ ਹੋ ਤੁਸੀਂ ਜਿਹੜਾ ਤੁਹਾਡਾ ਸਰੋਤਾ ਜਾਂ ਦਰਸ਼ਕ ਉਹ ਗੰਭੀਰ ਰੂਪ ਦੇ ਵਿੱਚ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਇਹੋ ਜਿਹੀ ਕਿਹੜੇ ਢੰਗ ਨਾਲ ਤੁਸੀਂ ਉਹਨਾਂ ਦੇ ਅੱਗੇ ਚੀਜ਼ ਸੁੱਟਦੇ ਹੋ ਕਿ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਮੈਨੂੰ ਕੁਝ ਅਜੀਹਾ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਤਬਦੀਲੀ ਆ ਸਕੇ ਦੇਖੋ ਕਾਮੇਡੀ ਸਟਾਇਰ ਵਿਅੰਗ ਅਸਲੀ ਉਹੀ ਹੈ ਜਿਹੜਾ ਹੱਸਣ ਦੇ ਨਾਲ ਨਾਲ ਕੁਝ ਤੁਹਾਨੂੰ ਛੱਡ ਕੇ ਵੀ ਜਾਵੇ ਕਿ ਹੱਸਣ ਤੋਂ ਬਾਅਦ ਬੰਦਾ ਸੋਚੇ ਯਾਰ ਉਹ ਵੈਸੇ ਗੱਲ ਤਾਂ ਚਲ ਹਾਸੇ ਦੀ ਐ ਪਰ ਇਹ ਹੈ ਤਾਂ ਸੱਚੀ ਐ ਯਾਰ ਗੱਲ ਹੁੰਦਾ ਤਾਂ ਇਦਾਂ ਹੀ ਐ ਸੇਮ ਅੱਜ ਮੈਂ ਕਰਦਾ ਆਪਣੀ ਸਪੀਚਸ ਦੇ ਵਿੱਚ ਚਾਹੇ ਚਾਹੇ ਮੈਂ ਜਿੱਥੇ ਵੀ ਮਰਜੀ ਬੋਲਾਂ ਕਿ ਜਿਹੜੇ ਲੋਕ ਨੇ ਉਹਨਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਠੰਡੇ ਹੋਏ ਪਏ ਨੇ ਆ ਆਮ ਲੋਕ ਜਿਹੜੇ ਨੇ ਉਹ ਦਿਹਾੜੀਆਂ ਕਰਕੇ ਉਹ ਆਮ ਆਮ ਲੋਕਾਂ ਦੀ ਜਿਹੜੀ ਰੋਟੀ ਐ ਉਹ ਕਮਾਉਣੀ ਦੁੱਬਰ ਹੋਈ ਪਈ ਐ ਤੇ ਦੂਜੇ ਪਾਸੇ ਹੈਲੀਕਾਪਟਰ ਤੇ ਹੂਟਰ ਨੇ ਉਹ ਆਮ ਲੋਕਾਂ ਤੋਂ ਹੀ ਲੈ ਕੇ ਛਕਤੀਆਂ ਇੱਕ ਦੋ ਤਿੰਨ ਲੇਅਰ ਜਿਹੜੀਆਂ ਬਣ ਗਈਆਂ ਸਮਾਜ ਦੀਆਂ ਸੋ ਮੇਰੇ ਵੱਲੋਂ ਤਾਂ ਇਹੀ ਕੋਸ਼ਿਸ਼ ਹੈ ਕਿ ਐਜ਼ ਇੱਕ ਕਲਾਕਾਰ ਵੀ ਐਜ਼ ਇੱਕ ਇਸ ਦੇਸ਼ ਦੇ ਨਾਗਰਿਕ ਦੇ ਤੌਰ ਤੇ ਵੀ ਕਿ ਜੇ ਸਾਡੇ ਸਿਸਟਮ ਦੇ ਵਿੱਚ ਕੋਈ ਬਰਾਈਆਂ ਨੇ ਤਾਂ ਮੈਂ ਇਕੱਲਾ ਤਾਂ ਨਹੀਂ ਠੀਕ ਕਰ ਸਕਦਾ ਪਰ ਚੌਕੀਦਾਰ ਵਾਂਗੂ ਜਾਗਦੇ ਰਹਿਉ ਦਾ ਹੁਕਮ ਤਾਂ ਦੇਣਾ ਫਰਜ਼ ਬਣਦਾ ਹੈ ਤੁਸੀਂ ਦੱਸਿਆ 7 ਲੱਖ ਵੋਟ ਪਈ ਤੁਹਾਨੂੰ ਜੀ ਸਾਢੇ 7 ਲੱਖ ਵੋਟ ਪਾਈ ਪੰਜਾਬ ਦੇ ਲੋਕਾਂ ਨੇ ਤੇ ਜਿਹੜਾ ਫਰਕ ਸੀ ਜਿੱਤ ਹਾਰ ਦਾ ਉਹ 8500 ਵੋਟਾਂ ਦਾ ਸੀ ਸਾਰਾ ਜੇ ਆਪਾਂ ਗਿਣਤੀ ਮਿਲਦੀ ਹਿਸਾਬ ਕਿਤਾਬ ਲਾ ਕੇ ਦੇਖੀਏ ਜੇ 8500 ਵੋਟਾਂ ਤੁਸੀਂ ਦੱਸਿਆ ਉਧਰ ਦੀਆਂ ਥਾਂ ਤੇ ਉਧਰ ਪੈ ਜਾਂਦੀਆਂ ਤਾਂ ਉਹ ਸਰਕਾਰ ਬਦਲ ਜਾਂਦੀ ਇਹ ਜਿਹੜਾ ਫਰਕ ਆ ਵੱਡੇ ਪੱਤਰ ਤੇ ਤੁਹਾਨੂੰ ਲੋਕਾਂ ਨੇ ਵੋਟ ਵੀ ਪਾਈ ਪਰ ਅਜੇ ਵੀ ਲੋਕ ਮੈਂ ਕਹਿੰਨਾ ਪੂਰੀ ਤਰ੍ਹਾਂ ਜਾਗੇ ਨਹੀਂ ਅਜੇ ਵੀ ਜ਼ਰੂਰਤ ਹੈ ਕਦੋਂ ਤੱਕ ਜਾਗਣਗੇ ਲੋਕ ਸਾਢੇ ਜਿਉਂਦੇ ਜੀ ਜਾਗ ਪੈਣਗੇ ਦੇਖੋ ਜੀ ਅਸੀਂ ਤਾਂ ਦੀਵਾ ਜਗਾਇਆ ਹੋਇਆ ਤੇਲ ਤਾਂ ਨਹੀਂ ਉਹਦੇ ਚ ਮੁੱਕਣ ਦਿੰਦੇ ਸਵਾ 7 ਲੱਖ ਤੋਂ 7.5 ਲੱਖ ਲੋਕਾਂ ਨੇ ਵੋਟ ਪਾਈ। ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਉਹ ਜਿੰਨਾਂ ਲੋਕਾਂ ਨੇ ਵੋਟ ਪਾਈ ਹੈ ਉਹਨਾਂ ਨੂੰ ਅਸੀਂ ਕੋਈ ਨਸ਼ਾ ਨਹੀਂ ਵੰਡਿਆ। ਕੋਈ ਪੈਸਾ ਨਹੀਂ ਵੰਡਿਆ। ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸਾਡੀਆਂ ਗੱਲਾਂ ਸੁਣ ਕੇ ਤੇ ਆਪਣਾ ਫਰਜ਼ ਸਮਝ ਕੇ ਵੋਟ ਪਾਈ ਹੈ। ਤੇ ਅ ਦਹੀਂ ਭਾਵੇਂ ਜਿੰਨਾ ਮਰਜੀ ਸੁਰਿੰਦਰ ਜੀ ਜਮਾਉਣਾ ਹੋਵੇ ਭਾਵੇਂ ਇਹ ਰੜਕਣਾ ਭਰ ਕੇ ਜਮਾਉਣਾ ਹੋਵੇ ਜਾਗ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ। ਸੋ ਸਾਨੂੰ ਜਾਗ ਪਿਛਲੇ ਸਾਲ ਲੋਕਾਂ ਨੇ ਦਿੱਤਾ ਤੇ ਅਸੀਂ ਹੌਲੀ-ਹੌਲੀ ਯਕੀਨ ਬਣਦਾ ਕਿਉਂਕਿ ਨਵੀਆਂ ਪਾਰਟੀਆਂ ਤੇ ਯਕੀਨ ਕਰਨਾ ਔਖਾ ਹੈ ਅੱਜਕੱਲ ਜਿਹੜੀ ਡੱਡੂ ਛੜੱਪੇ ਵਾਲੀ ਰਾਜਨੀਤੀ ਹੈ ਇਧਰੋਂ ਉਧਰ ਇਧਰੋਂ ਉਧਰ ਲੋਕਾਂ ਨੂੰ ਲੱਗਦਾ ਸ਼ਾਇਦ ਮਨਪ੍ਰੀਤ ਆਪਣੇ ਤਾਇਆ ਜੀ ਨਾਲ ਰਲ ਜਾਊਗਾ ਪਹਿਲਾਂ ਇਹ ਸੀ ਫਿਰ ਕਹਿੰਦੇ ਜੀ ਕਾਂਗਰਸ ਨਾਲ ਰਲ ਜਾਊਗਾ ਪਰ ਅਸੀਂ ਆਪਣੀ ਜਗ੍ਹਾ ਤੇ ਜੋ ਮਿਸ਼ਨ ਅਸੀਮ ਪਾਕਿਸਤ ਸਿੰਘ ਹੋਰਾਂ ਦੇ ਪਿੰਡ ਤੋਂ ਲੈ ਕੇ ਚੱਲੇ ਸੀ ਅਸੀਂ ਉੱਥੇ ਖੜੇ ਆ ਤੇ ਮੈਂ ਆਪਣਾ ਕੀਮਤੀ ਕਰੀਅਰ ਵੀ ਉਹ दाते ਲਾ ਰੱਖਿਆ ਉਸ ਲਈ ਕਿ ਜੇ ਮੈਨੂੰ ਪਾਰਟੀ ਪਾਰਟੀ ਨੂੰ ਮੇਰੀ ਲੋੜ ਹੈ ਤਾਂ ਮੈਂ ਜਾਣਾ ਤੇ ਜਦੋਂ ਇੱਕ ਗਤੀਵਿਧੀਆਂ ਨੇ ਮੋਗੇ ਦੇ ਵਿੱਚ ਮੈਂ ਹੁਣ 20-25 ਦਿਨ ਉੱਥੇ ਲਾ ਕੇ ਆਏ ਤੇ ਬਾਕੀ ਜਦੋਂ ਜੋ ਟਾਈਮ ਮਿਲਦਾ ਤਾਂ ਫਿਲਮਾਂ ਟੀਵੀ ਦੇ ਵਿੱਚ ਵੀ ਅੱਛਾ ਇੱਕ ਗੱਲ ਮੋਗੇ ਚ ਤੁਸੀਂ ਰਹੇ ਹੋ ਹੁਣ 20-25 ਦਿਨ ਲਾਏ ਆ ਜੀ ਜਿਹੜੇ ਸਿਆਸੀ ਲੋਕ ਨੇ ਸਿਆਸੀ ਲੋਕ ਕਹਿੰਦੇ ਨੇ ਕਿ ਵੋਟਰ ਵਿਕਾਊ ਹੈ ਖੁੱਲੇ ਆਮ ਕਹਿੰਦੇ ਨੇ ਵੋਟਰ ਕਹਿੰਦਾ ਮੇਰੀ ਮਜਬੂਰੀ ਹੈ ਜੀ ਬਿਲਕੁਲ ਸਹੀ ਗੱਲ ਹੈ ਪਹਿਲੀ ਗੱਲ ਤਾਂ ਇਹ ਸਿਆਸੀ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਖੁਦ ਵਿਕਾਉਂ ਆ ਪਹਿਲਾਂ ਹੂੰ ਬਿਲਕੁਲ ਇੱਕ ਜਿੱਤੇ ਹੋਏ ਐਮਐਲਏ ਨੂੰ ਉਧਰ ਜਾਣ ਦੀ ਕੀ ਲੋੜ ਸੀ ਐਮਐਲਏ ਤਾਂ ਬਣ ਗਿਆ ਸੀ 5 ਸਾਲ ਵਾਸਤੇ ਵਿਰੋਧੀ ਧਿਰ ਦਾ ਐਮਐਲਏ ਵੀ 117 ਚੋਂ ਇੱਕ ਤਾਂ ਹਿੱਸਾ ਆਏਗਾ ਨਾ ਉਹ ਆਪਣੇ ਇਲਾਕੇ 'ਚ ਵਿਕਾਸ ਕਰਾ ਸਕਦਾ ਸ਼ਿਕਾਇਤਾਂ ਕਰ ਸਕਦਾ ਸਭ ਕੁਝ ਹੁੰਦਾ ਉਹਦੇ ਕੋਲ ਤੇ ਲੋਕਾਂ ਨੂੰ ਗਰੀਬ ਰੱਖ ਲੈਂਦੇ ਨੇ ਅਸਲ 'ਚ ਜਿਹੜੀ ਟੈਕਨੀਕਲ ਗੱਲ ਹੈ ਨਾ ਜਿਹੜੀ ਗਰੀਬੀ ਹੈ ਨਾ ਉਹ ਵੋਟਰਾਂ ਨੂੰ ਵਾਚ ਖਰੀਦਣ ਦੇ ਕੰਮ ਆਉਂਦੀ ਹੈ ਫਿਰ ਅਸੀਂ ਨੌਕਰੀ ਮੰਗਣ ਜਾਂਦੇ ਹਾਂ ਸਾਨੂੰ ਆਟਾ ਦੇ ਦਿੰਦੇ ਨੇ ਕੋਈ ਆਟਾ ਅੰਦੋਲਨ ਚੱਲਿਆ ਪੰਜਾਬ 'ਚ ਅਸਿਕਾ ਨੇ ਸਾਨੂੰ ਹੱਥ ਹੱਥਾਂ ਨੂੰ ਕੰਮ ਦੇ ਦੋ ਅਸੀਂ ਆਟਾ ਆਪ ਕਮਾ ਲਾਂਗੇ ਪੰਜਾਬੀ ਭੀਖ ਨਹੀਂ ਮੰਗਦਾ ਹਾਂ ਬਿਲਕੁਲ ਪਰ ਉਹ ਕਹਿੰਦੇ ਨਹੀਂ ਨੌਕਰੀ ਨਹੀਂ ਦੇਣੀ ਝੋਲੀ ਅੱਡੋ ਆਟਾ ਦੇਵਾਂਗੇ ਕਿਉਂਕਿ ਆਟਾ ਵੋਟਾਂ ਵੇਲੇ ਕੰਮ ਆਉਂਦਾ ਫਿਰ ਇਹ ਸਰਪੰਚ ਜ਼ਥੇਦਾਰ ਵੋਟਾਂ ਤੋਂ ਦੋ ਚਾਰ ਦਿਨ ਪਹਿਲਾਂ ਕਹਿੰਦੇ ਨੇ ਦੇਖੋ ਜੀ ਸਰਕਾਰਾਂ ਤਾਂ ਆਉਂਦੀ ਜਾਂਦੀ ਰਹਿੰਦੀਆਂ ਨੇ ਤੁਸੀਂ ਕਿਤੇ ਦੂਜੀ ਪਾਰਟੀ ਨੂੰ ਵੋਟਾਂ ਪਾ ਕੇ ਆਟਾ ਨਾ ਬੰਦ ਕਰਾ ਲਿਓ ਇਹ ਬਲੈਕਮੇਲਿੰਗ ਦੇ ਕੰਮ ਆਉਂਦਾ ਸੋ ਭਿਖਾਰੀ ਬਣਾ ਲਏ ਜਿਵੇਂ ਕਿ ਰੈਡ ਇੰਡੀਅਨਸ ਨੇ ਅਮਰੀਕਾ ਕੈਨੇਡਾ ਦੇ ਵਿੱਚ ਜਿਨ੍ਹਾਂ ਦਾ ਅਸਲੀ ਮੁਲਕ ਸੀ ਉਹਨਾਂ ਨੂੰ ਫਿਰ ਫਸਿਲਿਟੀਆਂ ਦਿੱਤੀਆਂ ਕਿ ਤੁਸੀਂ ਸਾਰਾ ਕੁਝ ਫ੍ਰੀ ਲੈ ਲਓ ਉਹਨੂੰ ਫੂਡ ਸਟੈਂਪਸ ਮਿਲ ਜਾਂਦੀਆਂ ਨੇ ਉਹ ਸਭ ਕੁਝ ਬੀਅਰ ਵੀ ਸਭ ਕੁਝ ਫ੍ਰੀ ਲੈ ਕੇ ਫਿਰ ਉਹਨਾਂ ਨੂੰ ਕੋਈ ਕੰਮ ਕਰਨ ਦੀ ਜਾਂ ਪੜ੍ਹਨ ਦੀ ਲੋੜ ਹੀ ਨਹੀਂ ਪਈ ਤੇ ਉੱਥੇ ਹੀ ਰਹਿ ਗਏ ਕਿਉਂਕਿ ਜੇ ਤੁਸੀਂ ਜ਼ਿੰਦਗੀ ਜੇ ਤੁਸੀਂ ਫੁੱਟਬਾਲ ਦੇ ਗਰਾਊਂਡ ਦੇ ਵਿੱਚੋਂ ਦੋਨੇ ਪਾਸਿਓਂ ਗੋਲ ਪੋਸਟ ਪਟ ਦੋ ਤਾਂ ਫਿਰ ਕਾਦੇ ਲਈ ਲੱਤਾ ਮਾਰੀ ਜਾਂਦੇ ਨੇ ਕਾਦੇ ਲਈ ਉਹ ਠੋਡੇ ਮਾਰੀ ਜਾਂਦੇ ਨੇ ਜ਼ਿੰਦਗੀ 'ਚ ਮਕਸਦ ਉਹਨਾਂ ਦੇ ਖਤਮ ਕਰਦੇ ਕਿ ਤੁਸੀਂ ਤਾਂ ਸਿਰਫ ਰੋਟੀ ਖਾਣੀ ਹੈ ਤੁਹਾਡਾ ਮਕਸਦ ਰਾਤ ਨੂੰ ਸ਼ਰਾਬ ਪੀਣੀ ਜਾਂ ਬੀਅਰ ਪੀਣਾ ਬਸ ਉਹ ਇਸੇ ਕਰਕੇ ਪਿੱਛੇ ਜੇ ਮਤਲਬ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਹੁਣੇ ਮੋਗਾ ਦੇ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਤੋਂ ਮੋਗਾ ਇਹੋ ਜੀ ਸੜਕ ਬਣਾ ਦੇਵਾਂਗੇ ਕਿ ਮਤਲਬ ਪੂਰੀ ਟੌਰ ਕਰਨਾਗੇ ਅਸੀਂ ਨਹੀਂ ਜੀ ਪੂਰੀ ਖਬਰ ਮੈਂ ਦੱਸ ਦੇਣਾ ਮਤਲਬ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਡਿਪਟੀ ਸੀਐਮ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨੇ 5 ਸਾਲ ਵਾਸਤੇ ਉਹਨਾਂ ਨੂੰ ਚੁਣਿਆ ਪਿਛਲੇ 5 ਸਾਲ ਵੀ ਉਹਨਾਂ ਨੇ ਰਾਜ ਕੀਤਾ ਬਹੁਤ ਕਾਗ ਸਿਆਸਤਦਾਨ ਪਰਿਵਾਰ ਦੇ ਵਿੱਚੋਂ ਨੇ ਉਹ ਉਹਨਾਂ ਵੱਲੋਂ ਇਹ ਜਿਹਾ ਖਬਰਾਂ ਸੁਣਨੀ ਆ ਇੱਕ ਮੰਦ ਭਾਗਾ ਗੱਲ ਐ ਕਿ ਉਹ ਸਟੇਜ ਦੇ ਉੱਤੇ ਕਹਿੰਦੇ ਨੇ ਕਿ ਮੋਗੇ ਤੋਂ ਲੁਧਿਆਣੇ ਵਾਲੀ ਸੜਕ ਇਹੋ ਜਿਹੀ ਬਣਾ ਦੇਾਂਗੇ ਇੱਕ ਹੱਥ 'ਚ ਸਟੀering ਹੋਇਆ ਕਰੂਗਾ ਤੇ ਇੱਕ ਹੱਥ 'ਚ ਪੈਗ ਲਾਉਂਦੇ ਜਾਇਆ ਕਰੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਡੁੱਲਣਾ ਨਹੀਂ ਠਟਕਾ ਨਹੀਂ ਬਚਣਾ ਕੋਈ ਅਸੀਂ ਮਸਲ ਅਸੀਂ ਮਤਲਬ ਡਰਿੰਕ ਡਰਾਈਵ ਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਅਸੀਂ ਸ਼ਰਾਬ ਵੇਚ ਰਹੇ ਹਾਂ ਇਹ ਸਾਡੇ ਮਤਲਬ ਤਰਾਸਦੀ ਐ ਸਾਡੀ ਹਾਂ ਸਾਡੀ ਤਰ੍ਹਾਂ ਤੇ ਇੱਕ ਇੱਕ ਥਾਂ ਤੇ ਡਿਪਟੀ ਸੀਐਮ ਸਾਹਿਬ ਕਹਿੰਦੇ ਨੇ ਇੱਕ ਇੰਡੀਅਨ ਐਕਸਪ੍ਰੈਸ ਚ ਖਬਰ ਵੀ ਲੱਗੀ ਸੀ ਉਹ ਹੂੰ 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 ਕਿ ਸੋਨੀਆ ਗਾਂਧੀ ਤਾਂ ਪੀਜ਼ਾ ਖਾਂਦੀ ਐ ਅਸੀਂ ਦਾਲ ਰੋਟੀ ਖਾਂਦੇ ਆ ਤੇ ਉਸੇ ਭਾਸ਼ਣ ਤੋਂ 15 ਮਿੰਟਾਂ ਬਾਅਦ ਸਟੇਜ ਦੇ ਪਿਛਲੇ ਪਾਸੇ ਪੀਜ਼ਾ ਖਾਂਦਿਆਂ ਦੀ ਫੋਟੋ ਲੱਗੀ ਐ ਘਟ ਘਟ ਜੋ ਸਟੇਜ ਤੇ ਕਹਿਆ ਉਹ ਤੇ 15 ਕੁ ਮਿੰਟ ਤਾਂ ਖੜ੍ਹ ਜਾਂਦੇ ਹੂੰ ਹੂੰ ਸੋ ਫਿਰ ਸਾਨੂੰ ਤਾਂ ਹੋਰ ਵਿੱਚ ਕੀ ਨਹੀਂ ਹੁੰਦਾ ਵੀ ਬਾਕੀ ਗੱਲਾਂ ਤੇ ਵੀ ਇਦਾਂ ਕਹਿੰਦੇ ਉਹਨੇ ਤੇ ਉਸੇ ਸਟੇਜ ਤੋਂ ਮੋਗੇ ਦੇ ਵਿੱਚ ਡਿਪਟੀ ਸੀਐਮ ਸਾਹਿਬ ਕਹਿੰਦੇ ਸੀ ਕਿ ਅ ਵਿਕਾਸ ਬਹੁਤ ਹੋ ਗਿਆ ਬਹੁਤ ਵਿਕਾਸ ਦਿਨਾ ਤੇ ਵੋਟ ਨਾ ਪਾਓ 5 ਮਿੰਟਾਂ ਬਾਅਦ ਜੈਨ ਸਾਹਿਬ ਕਹਿੰਦੇ ਸੀ ਮੈਂ ਇਸ ਪਾਰਟੀ 'ਚ ਤਾਂ ਆਇਆ ਕਿਉਂਕਿ ਵਕਾਸ ਨਹੀਂ ਹੋਇਆ ਸੀ। ਹਾਂ ਆਪਾਂ ਗੱਲ ਚਾਰੀ ਰੱਖਾਂਗੇ ਕਿ ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਜੀ ਮਾਨ ਸਾਹਿਬ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਨੇ ਉਹ। ਹੈਲੋ। ਹੈਲੋ ਸਸਿਕਾ ਜੀ। ਸਸਿਕਾ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ? ਜਗENDER ਸਿੰਘ ਜੀ ਮੇਰਾ ਨਾਂ ਜੀ। ਹਾਂ ਜੀ ਜਗENDER ਸਿੰਘ ਜੀ ਕਿੱਥੋਂ ਬੋਲਦੇ ਹੋ? ਮੈਂ ਬਹਿੰਡਾ ਤੋਂ ਬੋਲ ਰਿਹਾ ਜੀ। ਹਾਂ ਜੀ ਜਗENDER ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਇਸ ਸ਼ੋਅ ਦੇ ਜ਼ਰੀਏ ਤੁਸੀਂ? ਮੈਂ ਜੀ ਕੁਮਾਰ ਮਾਨ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ। ਹਾਂ ਜੀ ਸਸਿਕਾ ਜੀ ਜਗENDER ਸਿੰਘ ਜੀ। ਸਸਿਕਾ ਜੀ ਮਾਨ ਸਾਹਿਬ ਕੀ ਪੋਲਿੰਗ ਕਿਸ ਤਰ੍ਹਾਂ ਤੁਹਾਡੀ ਜੀ ਹਾਂ ਜੀ ਤੁਹਾਡੀ ਪੋਲਿੰਗ ਕਿਸ ਤਰ੍ਹਾਂ ਹੋਈ ਜੀ ਪੋਲਿੰਗ ਕਹਿੰਦੇ ਪੋਲਿੰਗ ਪੋਲਿੰਗ ਬਹੁਤ ਵਧੀਆ ਹੋ ਗਈ ਮੀਂਹ ਦੇ ਬਾਵਜੂਦ ਵੀ ਲੋਕੀ 72% ਪੋਲਿੰਗ ਹੋਈ ਹੈ ਪਿੰਡਾਂ ਚ 88% ਵੀ ਹੋਈ ਹੈ ਸੋ ਆਸਾਂ ਦਾ ਪੂਰੀ ਉਮੀਦ ਆਈ ਤੁਹਾਡਾ ਕੈਂਡੀਡੇਟ ਜਿੱਤੂਗਾ ਜੀ ਬਹੁਤ ਬਹੁਤ ਮਿਹਰਬਾਨੀ ਜਨਾਬ ਤੁਹਾਡਾ ਜੁਗਿੰਦਰ ਸਿੰਘ ਜੀ ਧੰਨਵਾਦ ਤੁਹਾਡਾ ਜੁੜਨ ਦੇ ਲਈ ਸਾਡੇ ਨਾਲ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਉਹਨਾਂ ਨੂੰ ਪੁੱਛਦੇ ਨੇ ਕੀ ਪੁੱਛਦੇ ਨੇ ਕੀ ਕਹਿੰਦੇ ਨੇ ਉਹ ਹੈਲੋ ਹੈਲੋ ਹਾਂ ਜੀ ਸਸੀ ਗਾਰ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਤੁਹਾਡੀ ਤਲਾਸ਼ਾ ਰਵੀਸ਼ ਕੋਟਲੇਮ ਮਹੇਸ਼ ਕੌਸ਼ਲ ਅਹਿਮਦਗੜ੍ਹ ਤੋਂ ਬੋਲਦੇ ਨੇ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੌਸ਼ਲ ਸਾਹਿਬ ਸਤਿ ਸ਼੍ਰੀ ਅਕਾਲ ਮਾਨਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤਾਂ ਤੇਲਵਾਲਾ ਦਾ ਦੇਣਾ ਸੀ ਤੇਲਵਾਲਾ ਤੁਹਾਡੇ ਕੋਲ ਸਵਾਲ ਕਰਦੇ ਸੀ ਜੀ ਤੇਲਵਾਲਾ ਜੀ ਤੁਸੀਂ ਸਵਾਲ ਤੁਸੀਂ ਆਪਣੀ ਗੱਲ ਕਰੋ ਕੌਸ਼ਲ ਸਾਹਿਬ ਹਾਂ ਜੀ ਹਾਂ ਜੀ ਤੇਲਵਾਲਾ ਸਾਹਿਬ ਤੁਸੀਂ ਜਿਹੜਾ ਜਵਾਬ ਪੁੱਛਦੇ ਨੇ ਮਾਨਸਾ ਕੋਲੋਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਬਸ ਗੱਲ ਹੈ ਜੇ ਬਣੀ ਲੋਕ ਜਾਗੇ ਨਹੀਂ ਬਸ ਥੋੜੀ ਜਿਹੀ ਰੇ ਬਾਕੀ ਆ ਜਾਗ ਜਾਣਗੇ ਲੋਕ ਜਾਗਤਾ ਬੈ ਹੁਣ બસ اون ਟ੍ਰਾਂਜੈਕਸ਼ਨ ਕਰਨ ਵਾਲਾ ਹੀ ਕੰਮ ਰਹਿ ਗਿਆ ਬਾਕੀ ਦੇਖੋ ਜੀ ਮੈਂ ਇਹਨਾਂ ਦੀ ਜਾਗ ਹੋ ਰਹਾ ਮੇਰਾ ਜਾਗ ਹੋ ਰਹਾ ਜੀ ਇਹਨਾਂ ਦੀ ਜਾਗ ਨੀਂਦ ਵਾਲੀ ਹੈ ਮੇਰਾ ਜਾਗ ਦਹੀਂ ਵਾਲਾ ਜੀ ਜਿਹੜਾ ਤੇ ਦਹੀਂ ਜਮਾਉਣ ਵਾਲਾ ਕੌਸ਼ਲ ਸਾਹਿਬ ਧੰਨਵਾਦ ਤੁਹਾਡਾ ਜੁੜਨ ਦੇ ਲਈ ਮਾਨ ਸਾਹਿਬ ਕੌਸ਼ਲ ਸਾਹਿਬ ਕਹਿੰਦੇ ਨੇ ਕਿ ਜਾਗ ਪਏ ਨੇ ਟ੍ਰਾਂਜੈਕਸ਼ਨ ਹੋਣ ਵਾਲੀ ਗੱਲ ਹੈ ਕਈ ਵਾਰੀ ਕਈ ਵਾਰੀ ਥੋੜਾ ਜਿਹਾ ਉਸੜਵਟੇ ਜੇ ਲੈਣ ਵੇਲੇ ਜਾਗਣ ਵੇਲੇ ਅੱਖਾਂ ਜੀਆਂ ਖੁੱਲਦੀਆਂ ਨਹੀਂ ਪਰ ਤੁਹਾਨੂੰ ਉਮੀਦ ਹੈ ਬਹੁਤ ਉਮੀਦ ਹੈ ਜਿਸ ਜਿਸ ਹੁਣ ਇਹ ਇਹ ਜਿਹੜੀ ਸਮਾਜ ਦੀ ਸਾਡੀ ਨੀਂਦ ਹੈ ਤੁਹਾਡੇ ਕਹਿਣ ਦਾ ਮਤਲਬ ਉਹ ਵਾਲੀ ਨੀਂਦ ਹੈ ਵੀ ਸਵੇਰੇ ਠੰਡ ਪਉਦਾ ਰਜਾਈ 'ਚ ਜਾਗ ਤਾਂ ਖੁੱਲ ਜਾਂਦੀ ਹੈ ਅਜੇ ਰਜਾਈ ਨਹੀਂ ਲਾਹੀ ਲੋਕਾਂ ਨੇ ਪਰ ਇੱਕਦਮ ਜਦੋਂ ਰਜਾਈ ਲੈਂਦੀ ਹੈ ਤਾਂ ਦੇਖੋ ਇੱਕ ਸ਼ਾਇਰ ਨੇ ਲਿਖਿਆ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਉਹ ਕਹਿੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ। ਆਹੋ। ਵੈਰੀ। ਕਈ ਵਾਰੀ ਰਾਤ ਲੰਮੀ ਹੋ ਜਾਂਦੀ ਹੈ ਬਟ ਸਚਾਈ ਦਾ ਸੱਚ ਦਾ ਸੂਰਜ ਚੜ੍ਹ ਕੇ ਰਹਿੰਦਾ ਜੀ। ਆਪਾਂ ਜੁਗਿੰਦਰਪਾਲ ਜਨਵਰੀ ਗੱਲ ਕਰ ਰਹੇ ਸੀ ਮੋਗਾ ਤੋਂ ਕਿ ਉਹ ਉਹਨਾਂ ਦੇ ਮਤਲਬ ਅਜੇ ਤੱਕ ਸਿਆਹੀ ਵੀ ਨਹੀਂ ਮੁੱਕੀ ਸੀ ਉਹਦੀ ਪੁਰਾਣੇ ਪੋਸਟਰਾਂ ਦੀ ਸੁੱਕੀ ਨਹੀਂ ਸੀ ਕਿ ਇੱਕ ਵਾਰ ਫੇਰ ਮੋਗਾ ਦੇ ਲੋਕਾਂ ਨੂੰ ਮੈਂ ਮੋਗੇ ਦੇ ਬਹੁਤ ਮੈਂ ਸਾਰੇ ਪਿੰਡਾਂ 'ਚ ਮੋਗੇ ਦੇ ਵਿੱਚ ਗਿਆ ਦੋ ਦੋ ਤਿੰਨ ਤਿੰਨ ਵਾਰੀ ਗਿਆ। ਸੱਚੀ ਮੁੱਚੀ ਹਜੇ ਪੰਜੇ ਵਾਲੇ ਪੋਸਟਰ ਲੱਗੇ ਪਏ ਸੀ। ਜਿਹਦੇ ਤੇ ਗੁਰਪੂਰਵ ਦੀਆਂ, 크리스마ਸ ਦੀਆਂ ਤੇ ਨਵੇਂ ਔਰ ਤੁਸੀਂ ਹੋਰ ਦੇਖੋ ਇੰਟਰਸਟਿੰਗ ਗੱਲ ਹੋਰ ਦੇਖੋ ਕਿਉਂਕਿ ਮੈਂ ਇੱਕ ਕਲਾਕਾਰ ਆ ਸਾਡੀ ਥੋੜੀ ਜੀ ਆਈਕਿਊ ਸਾਡਾ ਹੋਰ ਹੁੰਦਾ ਕਿਸੇ ਵੀ ਚੀਜ਼ ਨੂੰ ਦੇਖਣ ਦਾ ਜਿਹੜੇ ਤੱਕੜੀ ਵਾਲੇ ਪੋਸਟਰ ਲਾਏ ਜੈਨ ਸਾਹਿਬ ਨੇ ਉਹਦੇ ਤੇ ਫੋਟੋ ਬਿਲਕੁਲ ਉਹੀ ਹੈ ਜਿਹੜੀ ਪਹਿਲਾਂ ਪੰਜੇ ਵਾਲੇ ਪੋਸਟਰਾਂ ਤੇ ਲਾਈ ਸੀ ਸਿਰਫ ਉੱਪਰ ਵਾਲੀਆਂ ਜਿਹੜੀਆਂ ਸਿਰ ਦੇ ਉੱਤੇ ਚਾਰ ਫੋਟੋਆਂ ਸੀ ਉਹ ਬਦਲ ਗਈਆਂ ਪਹਿਲਾਂ ਮਨਮੋਹਨ ਸਿੰਘ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਕੈਪਟਨ ਸਾਹਿਬ ਦੀ ਸੀ ਹੁਣ ਉਹ ਬਦਲ ਸਾਹਿਬ ਦੀ ਬਿਕਰਮਜੀਤ ਸਿੰਘ ਮਜੀਠੀਆ ਦੀ ਸੁਖਵੀਰ ਬਲ ਤਿਹਾਰ ਜਿਮਰਤ ਕੌਰ ਦੀ ਹੈ ਉਹ ਚਾਰ ਬਦਲ ਗਈਆਂ ਬਾਕੀ ਫੋਟੋ ਸੇਮ ਹੈ ਸ਼ਾਇਦ ਕਿਸੇ ਪੰਡਤ ਤੋਂ ਪੁੱਛਿਆ ਹੋਵੇ ਕਿ ਫੋਟੋ ਤੁਹਾਡੇ ਲਈ ਸ਼ੋਭਾ ਹੈ ਮਤਲਬ ਲੋਕਾਂ ਨੂੰ ਇੰਨਾ ਵੀ ਨਾ ਤੁਸੀਂ ਕੰਮਲੇ ਸਮਝੋ ਕਿ ਇੰਨੇ ਮੰਗ ਆਟੇ ਦੀਆਂ ਚਿੜੀਆਂ ਵਾਂਗੂ ਕਦੇ ਮਰ ਜਾ ਚਿੜੀਏ ਕਦੇ ਜਿਉਂ ਪੈ ਚਿੜੀਏ ਅਸੀਂ ਲੋਕਾਂ ਨੂੰ ਇਹੀ ਦੱਸਿਆ ਕਿ ਇਦਾਂ ਦੇ ਮੌਕੇ ਪ੍ਰਸਤਾ ਤੋਂ ਆਪਾਂ ਕੀ ਪੜਦੇ ਆ ਆਪਾਂ ਕੀ ਕੀ ਲੱਭ ਸਕਦੇ ਆ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਦੇਖਦੇ ਆ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਸਿੰਘ ਫਾਇਲਕਾ ਤੋਂ ਬੋਲ ਰਿਹਾ ਹਾਂ ਮਨਿੰਦਰ ਸਿੰਘ ਜੀ ਕੀ ਕਹਿਣਾ ਚਾ ਜੀ ਮੈਂ ਮਾਨਸਾਹਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਇਹ ਪੋਲਿੰਗ ਹੋਈ ਆ ਇਹਦਾ ਖਰਚਾ ਕਿਤੇ ਜੈਨ ਸਾਹਿਬ ਨੂੰ ਨਹੀਂ ਪੈਣਾ ਚਾਹੀਦਾ ਸੀ ਬਣਾ ਬਿਲਕੁਲ ਮੈਂ 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 ਵੀ ਇਹ ਗੱਲ ਕਹੀ ਸੀਗੀ ਨਰਿੰਦਰ ਜੀ ਕਿ ਇੱਕ ਬੰਦੇ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਭਾਰਤੀ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਅਸਾਮ ਤੋਂ ਪਤਾ ਨਹੀਂ ਮੱਧ ਪ੍ਰਦੇਸ਼ ਤੋਂ ਮਿਲਟਰੀ ਆਈ ਹੋਈ ਸੀ ਇੱਕ ਬੰਦੇ ਕਰਕੇ ਮਤਲਬ ਇਹ 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 ਦਾ ਵੀ ਕੋਈ ਕੋਈ ਅਦਨਾ ਚਾਹੀਦਾ ਹੈ ਕਿ ਆਪਾਂ ਗੱਲ ਕਰਾਂਗੇ ਇੱਕ ਹੋਰ ਕਾਲਰ ਨੇ ਸਾਡੇ ਨਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਰ ਜੀ ਮੈਂ ਚਰਨਜੀਤ ਸਿੰਘ ਜਾਗਦੇ ਰਹੋ ਗੱਲ ਕਰਦਾ ਜੀ ਡਿਸਟ੍ਰਿਕਟ ਪਟਿਆਲੇ ਤੋਂ ਜੀ ਚਰਨਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਹੁਕਮ ਕਰੋ ਕੀ ਕਰਨੇ ਚਾਹੁੰਦੇ ਹੋ ਤੁਸੀਂ ਸਰ ਮੈਂ ਭਗਵਾਨਤਮਾਨ ਸਾਹਬ ਨਾਲ ਗੱਲ ਕਰਨਾ ਚਾਹੁੰਦਾ ਸੀ ਵੀ ਜਿਹੜਾ ਇਹ ਜਾਨੀ ਕਿ ਮੋਗੇ ਤੋਂ ਹੋ ਰਹੀ ਆ ਪੋਲਿੰਗ ਹੋਈ ਆ ਕੱਲ ਹੋ ਚੁੱਕੀ ਆ ਹਾਂਜੀ ਹਾਂਜੀ ਤੁਸੀਂ ਤਿੰਨੀ ਦੀ ਆਵਾਜ਼ ਕੱਟ ਕਰ ਲਓ ਤੁਸੀਂ ਤੁਸੀਂ ਸਿੱਧਾ ਫੋਨ ਤੇ ਗੱਲ ਕਰੋ ਟੀਵੀ ਨਾਲ ਨਹੀਂ ਗੱਲ ਕਰੋ ਨਹੀਂ ਜੋ ਮਸਤ ਹੋ ਗਏ ਟੀਵੀ ਦੇ ਵਿੱਚ ਇਹ ਪਹਿਲਾਂ ਜਿਹੜੇ ਭਾਈ ਸਾਹਿਬ ਸੀ ਜਿਹਨਾਂ ਨੇ ਉੱਥੋਂ ਗੱਲ ਕੀਤੀ ਹੈ ਨਰਿੰਦਰ ਜੀ ਨੇ ਕਾਫੀ ਪਤੇ ਦੀ ਗੱਲ ਕੀਤੀ ਹੈ ਸਾਰਾ ਜਿਹੜਾ ਖਰਚਾ ਹੈ ਨਾ ਆ ਕਾਫੀ ਕਿੰਨਾ ਪੈ ਰਿਹਾ ਆਮ ਲੋਕਾਂ ਤੇ ਜਿਹੜੇ ਟੈਕਸ ਦੇ ਰੂਪ ਚ ਵਸੂਲਿਆ ਜਾਂਦਾ ਸਾਡਾ ਉਹ ਖਜ਼ਾਨੇ ਚ ਜਾਂਦਾ ਉਹੀ ਖਰਚਾ ਜਿਹੜਾ ਹੈ ਉਥੇ ਕੀਤਾ ਜਾ ਰਿਹਾ ਜੇ ਇਹੋ ਹੀ ਪੈਸਾ ਕਿਤੇ ਮੋਗਾ ਦੀ ਡਿਵੈਲਪਮੈਂਟ ਤੇ ਖਰਚ ਕਰ ਦਿੰਦੇ ਤੇ ਜੈਨ ਸਾਹਿਬ ਨੂੰ 4 ਸਾਲ ਹੋਰ ਰੋਕ ਸਕਦੇ ਸੀ ਇਹ ਦੇਖੋ ਜੀ ਇਹ ਤਾਂ ਹਜੇ ਹੋਰ ਦੱਸ ਰਹੇ ਸੰਤੋਂ ਕਹਿੰਦੇ 6 ਹੋਰ ਧਿਆਰ ਨੇ ਇਹ ਕਿਹੋ ਜੀ ਰੀਤ ਹੈ ਜੀ ਕਿ ਅਸੀਂ ਵੋਟਾਂ ਪਾ ਕੇ ਭੇਜਾਂਗੇ ਕੀ ਪਤਾ ਉਹ ਉੱਪਰ ਚੰਡੀਗੜ੍ਹ ਬੈਠਾ ਕਦੋਂ ਸੌਦੇ ਕਰ ਲੈਂਦਾ ਮੈਂ ਮੋਗੇ ਦੇ ਵੋਟਰਾਂ ਨੂੰ ਇਹ ਪੁੱਛਿਆ ਸੀ ਜਦੋਂ ਅਸੀਂ ਰੈਲੀਆਂ ਜਾਂਦੇ ਸੀ ਕਿ ਇਸ ਇਕੱਠ ਦੇ ਚ ਇਸ ਜਲਸੇ ਚ ਬਹੁਤ ਸਾਰੇ ਬੈਠੇ ਹੋਣੇ ਜਿਨ੍ਹਾਂ ਨੇ ਪਿਛਲੇ ਸਾਲ ਪੰਜੇ ਨੂੰ ਵੋਟਾਂ ਪਾਈਆਂ ਹੋਣੀਆਂ ਇੱਕ ਬੰਦਾ ਖੜਾ ਹੋ ਕੇ ਦੱਸ ਦੋ ਕਿ ਜੈਨ ਸਾਹਿਬ ਨੇ ਤੁਹਾਡੇ ਨਾਲ ਸਲਾਹ ਕੀਤੀ ਸੀ ਕਿ ਯਾਰ ਉੱਧਰ ਜਾਣ ਨੂੰ ਜੀ ਕਰਦਾ ਕਿਵੇਂ ਕਰੀਏ ਗੁਰਦਿਆਲ ਸਿਆ ਇਸ ਮਹਿਫਲ ਦੇ ਵਿੱਚ ਇਸ ਜਲਸੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੈਠੇ ਹੋਣੇ ਜਿਨ੍ਹਾਂ ਨੇ ਤੱਕੜੀ ਨੂੰ ਵੋਟਾਂ ਪਾਈਆਂ ਹੋਣੀਆਂ ਤੁਸੀਂ ਦੱਸ ਦੋ ਤੁਹਾਡੇ ਪ੍ਰਧਾਨ ਨੇ ਤੁਹਾਨੂੰ ਪੁੱਛਿਆ ਸੀ ਯਾਰ ਜੈਨ ਆਉਣ ਨੂੰ ਕਹਿੰਦਾ ਜਿਹਨੂੰ ਪਿਛਲੇ ਸਾਲ ਗਾਲਾਂ ਕੱਢਦੇ ਸੀ ਆਪਾਂ ਕਿਵੇਂ ਕਰੀਏ ਆਪਾਂ ਉਹ ਕਹਿੰਦੇ ਨਹੀਂ ਸੰਤਾ ਪੁੱਛਿਆ ਨਹੀਂ ਚੰਡੀਗੜ੍ਹ ਬੈਠੇ ਸੌਦੇ ਹੋ ਜਾਂਦੇ ਨੇ ਜੀ ਲੋਕਾਂ ਬਿਲਕੁਲ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਮਾਨ ਸਾਹਿਬ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿੱਥੋਂ ਬੋਲਦੇ ਹੋ ਹਰਪਾਲ ਨਾਮ ਹੈ ਜੀ ਮੇਰਾ ਪਹਾੜਪੁਰਪਿੰਡ ਤੋਂ ਬੋਲਦਾ ਜੀ ਮੈਂ ਹਰਪਾਲ ਹਰਪਾਲ ਸਿੰਘ ਨਹੀਂ ਹੈਗਾ ਪਿੱਛੇ ਲੱਗਦਾ ਜੀ ਹਰਪਾਲ ਸਿੰਘ ਜੀ ਹਰਪਾਲ ਜੀ ਹਲੋ ਸਤਿ ਸ੍ਰੀ ਅਕਾਲ ਸਰ ਸਾਸੀ ਗਾਲ ਹਰਪਾਲ ਜੀ ਕੀ ਹਾਲ ਹੈ ਮੈਂ ਸਾਰੇ ਪੁੱਛ ਲਾ ਜਾਉਣਾ ਵੀ ਜਿਹੜਾ ਸੁਖਵੀਰ ਬਾਦਲ ਨੇ ਜਿਹਨੂੰ ਜੈਨ ਸਾਹਿਬ ਨੂੰ ਪੱਤਿਆ ਇਧਰੋਂ ਲਾਇਆ ਜੀ ਵੀ ਇਹ ਇਸ ਪਾਰਟੀ ਦੇ ਵਿੱਚ ਤੋਂ ਹੀ ਵਸੂਜਵਾਲ ਬੰਦਾ ਹੈ ਨਹੀਂ ਸੀ ਸ਼੍ਰੋਮਣੀ ਗਾਲੀ ਦਲ ਦੇ ਵਿੱਚ ਜਿਹੜਾ ਉੱਥੇ ਦਾ ਬਰਦਾਸ਼ਤ ਕਰ ਲੈਂਦਾ ਬਿਲਕੁਲ ਹਰਪਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ ਸਾਡੇ ਨਾਲ ਗੱਲ ਕਰਨ ਤੇ ਇੱਕ ਹੋਰ ਕਾਲਰ ਨੇ ਸਾਡੇ ਨਾਲ ਜੁੜੇ ਹੋਏ ਹੈਲੋ ਹੈਲੋ ਹਾਂ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਪਰਮੰਦਰ ਸਿੰਘ ਵੇਖੋ ਮੁੰਲਾ ਜੀ ਮੁੰਲਾਪੁਰ ਕੋਲੋਂ ਹਾਂ ਜੀ हां जी ਮਾਣਦਾ ਹਾਂ ਉਹ ਵੇਖਿਆ ਕਿ ਜਨਰਲ ਵਟਾ ਕੈਂਡੀਡੇਟ ਜਿੱਤੇ ਬੜਵੱਤਾ ਰਵਿਉਡਾ ਦੇਦਿਕਨੇ ਅੱਗੇ ਵੀ ਤੁਹਾਨੂੰ ਬਹੁਤ ਮਿਹਨਤ ਕਰਨਾ ਉਹਦੀ ਪੀਪੀ ਪਾਰਟੀ ਅੱਗੇ ਜਾ ਰਹੀ ਸੀ ਮਿਹਰਬਾਨੀ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ ਅ ਫਿਰ ਪਾਲ ਸਿੰਘ ਜੀ ਇੱਕ ਇੱਕ ਗੱਲ ਨੋਟ ਕਰ ਲਿਓ ਕਿ ਜਿੰਨੇ ਫੋਨ ਆ ਰਹੇ ਨੇ ਇਹ ਸਾਰੇ ਜਾਗੇ ਹੋਏ ਹੀ ਨੇ ਇਹ ਜਾਗ ਲਾਉਣ ਵਾਲੇ ਵੀ ਇਹੀ ਨੇ ਜਗਾਉਣ ਵਾਲੇ ਜਾ ਕੇ ਮਾਨ ਸਰ ਮੋਗਾ ਦੀ ਚੌਂਕ ਬਾਰੇ ਆਪਣੀ ਗੱਲ ਚੱਲ ਰਹੀ ਸੀ ਬ੍ਰੇਕ ਤੋਂ ਪਹਿਲਾਂ ਅ ਲੋਕ ਕਹਿੰਦੇ ਨੇ ਕਿ ਕੁਝ ਜਾਗ ਚੁੱਕੇ ਨੇ ਕੁਝ ਜਾਗਣ ਵਾਲੇ ਨੇ ਉੱਥੇ ਇਹੋ ਜੇ ਮਾਹੌਲ ਦੇ ਵਿੱਚ ਤੁਸੀਂ ਕਿਹੜਾ ਮੁੱਦਾ ਲੈ ਕੇ ਉੱਥੇ ਲੋਕਾਂ ਦੇ ਗਏ ਤੇ ਕਿਹੜੇ ਮੁੱਦੇ ਤੁਹਾਡੀਆਂ ਜਿਹੜੀਆਂ ਦੂਜੀਆਂ ਆਪੋਜ਼ਿਟ ਪਾਰਟੀਆਂ ਸੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵੱਲੋਂ ਚੁਕੇ ਗਏ ਦੇਖੋ ਜੀ ਉੱਥੇ ਜਿਹੜਾ ਉੱਥੇ ਦਾ ਚੋਣ ਪ੍ਰਚਾਰ ਸੀ ਚੋਣ ਮੈਦਾਨ ਚ ਸੀ ਉਹਦੇ ਚ ਸਥਿਤੀ ਕੀ ਸੀ ਉਹ ਅਸੀਂ ਦੇਖਣਾ ਚਾਹਾਂਗੇ ਤੁਹਾਡੀਆਂ ਅੱਖਾਂ ਰਾਹੀਂ ਦੇਖੋ ਜੀ ਇੱਕ ਤਾਂ ਇਹ ਸੀਗਾ ਕਿ ਮੈਂ 20 ਦਿਨ ਮੋਗੇ ਰਹੇ ਮੈਂ ਇੱਕ ਦਿਨ ਵੀ ਕੋਈ ਇਹੋ ਜੀ ਖਬਰ ਨਹੀਂ ਪੜੀ ਜਿਹੜੀ ਲੋਕਾਂ ਦੇ ਹੱਕ ਚ ਹੋਵੇ ਸਰਕਾਰ ਵੱਲੋਂ ਜਾਂ ਵਿਰੋਧੀ ਪਾਰਟੀ ਜਿਹੜੀ ਕਾਂਗਰਸ ਮੈਂ ਮੋਗੇ ਦੇ ਸਾਰੇ ਖ਼ਬਰ ਪੜਦਾ ਸੀ ਸ਼ਾਇਦ ਕਿਸੇ 'ਚ ਕੋਈ ਠੰਡੀ ਹਵਾ ਦਾ ਬੁਲਾ ਆ ਜਾਏ ਬੋਟਾ ਮੰਗਣ ਵਾਸਤੇ ਕਿਤੇ ਡਿਪਟੀ ਸੀਐਮ ਸਾਹਿਬ ਜਾਂ ਕੋਈ ਸਰਕਾਰ ਵੱਲੋਂ ਬਿਆਨ ਆ ਜਾਏ ਕਿਸੀ ਮੋਗੇ ਦੇ ਲੋਕਾਂ ਵਾਸਤੇ ਸਕੂਲ ਬਣਾਵਾਂਗੇ ਜੇ ਸਕੂਲ ਨੇ ਉਹਨਾਂ 'ਚ ਮਾਸਟਰ ਹੈ ਨਹੀਂ ਮਾਸਟਰ ਭੇਜਾਂਗੇ ਤੇ ਪਾਣੀ ਦੀਆਂ ਟੈਂਕੀਆਂ ਦੇ ਕਨੈਕਸ਼ਨ ਕੱਟੇ ਪਏ ਨੇ ਉਹ ਉਹ ਬਹਾਲ ਕਰ ਦਾਂਗੇ ਕਾਲਜ ਬਣਾ ਦਾਂਗੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਬਾਰੇ ਪੀਣ ਵਾਲੇ ਪਾਣੀ ਬਾਰੇ ਜਾਂ ਸੀਵਰੇਜ ਬਾਰੇ ਕੋਈ ਗੱਲ ਨੋ ਇੱਕ ਦੂਜੇ ਤੇ ਕੈਪਟਨ ਸਾਹਿਬ ਦੇ ਤੇ ਸੁਖਵੀਰ ਬਾਦਲ ਦੇ ਮਿਹਣੇ ਸੀ ਬਸ ਸਿਰਫ ਇਹ 5 ਵਜੇ ਤੰਦੂਰ 'ਚ ਜਾਂਦਾ ਹੈ ਇਹ 6 ਵਜੇ ਪੈਗ ਪੀ ਲੈਂਦਾ ਹੈ ਇਹ 7 ਵਜੇ ਮੁਰਗਾ ਖਾਂਦਾ ਹੈ ਉਹ ਉਧਰੋਂ ਕਈ ਗਨੇ ਤਿੱਤਰ ਖਾਂਦਾ ਹੈ ਅਸੀਂ ਇਹ ਕਿਹਾ ਕਿ ਤਿੱਤਰ ਖਾਓ ਮੁਰਗੇ ਖਾਓ ਪਰ ਤੁਸੀਂ ਸਾਡੀਆਂ ਨਸਲਾਂ ਖਾ ਗਏ ਤੁਸੀਂ ਤਾਂ ਸਾਡੀਆਂ ਪੀੜ੍ਹੀਆਂ ਖਾਣ ਲੱਗ ਗਏ ਲੋਕਾਂ ਨੂੰ ਕੀ ਮਿਲਿਆ ਇਸ ਗੱਲ 'ਚੋਂ ਇਹ ਜਿਹੜੇ ਆਮ ਲੋਕ ਨੇ ਇਹ ਵੱਡੇ ਲੀਡਰਾਂ ਦੇ ਦਿਮਾਗ 'ਚੋਂ ਤੇ ਜ਼ੁਬਾਨ 'ਚੋਂ ਨਿਕਲ ਗਏ ਆਮ ਲੋਕਾਂ ਦੀ ਗੱਲ ਹੀ ਕੋਈ ਨਹੀਂ ਤੇ ਅਸੀਂ ਗੱਲ ਇਹ ਕਰਦੇ ਸੀ ਕਿ ਅੱਜ ਨੌਜਵਾਨ ਡਿਗਰੀਆਂ ਲੈ ਕੇ ਘਰੇ ਮੁੜਿਆ ਪਾਣੀ ਦੇ ਟੈਂਕੀ ਤੇ ਛੜ ਕੇ ਉਹ ਡਿਗਰੀਆਂ ਦਿਖਾਉਂਦੇ ਫਿਰਦੇ ਨੇ ਸਾਨੂੰ ਨੌਕਰੀ ਦੇ ਦੋ ਹਰ ਰੋਜ਼ ਸ਼ਾਮ ਨੂੰ ਕੁੱਟ ਖਾ ਕੇ ਘਰੇ ਆ ਜਾਂਦੇ ਨੇ ਅੱਜ ਪੰਜਾਬ ਕੈਂਸਰ ਨਾਲ ਅੱਧਾ ਪੰਜਾਬ ਕੈਂਸਰ ਨਾਲ ਪਿਆ ਬੀਕਰ ਨੇਰ ਤੋਂ ਜਾ ਜਾ ਕੇ ਇਲਾਜ ਕਰਾਉਂਦੇ ਲੋਕ ਸਾਨੂੰ ਕੋਈ ਪਰਵਾਹ ਨਹੀਂ ਅੱਜ ਪੰਜਾਬ 'ਚ ਜਿਹੜੀ ਚੀਜ਼ ਆਮ ਮਿਲਣੀ ਚਾਹੀਦੀ ਹੈ ਉਹ ਬਲੈਕ 'ਚ ਮਿਲਦੀ ਹੈ ਜਿਹੜੀ ਬਲੈਕ 'ਚ ਮਿਲਣੀ ਚਾਹੀਦੀ ਹੈ ਉਹ ਆਮ ਮਿਲਦੀ ਹੈ ਸਮੈਕ ਕਹਿੰਦੇ ਜਿੰਨੀ ਮਰਜ਼ੀ ਲੈ ਲਓ ਬਰੇਤੀ ਟਰਾਲੀ ਮੁਸ਼ਕਲ ਹੋ ਜਾਣੀ ਹੈ ਬਰੇਤੀ ਬਲੈਕ 'ਚ ਹੈ ਸਮੈਕ ਆਮ ਮਿਲਦੀ ਹੈ ਇਹ ਸਾਡਾ ਪੰਜਾਬ ਹੈ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਫਿਰ ਅੱਗੇ ਲੈ ਕੇ ਆਵਾਂਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਮਾਨ ਸਾਹਿਬ ਜੀ ਕਾਫੀ ਤੁਸੀਂ ਮੈਨੂੰ ਤਾਂ ਸੀਰੀਅਸ ਕਰਤਾ ਹੈ ਮਤਲਬ ਬਹੁਤ ਬੁਰਾ ਹਾਲ ਹੈ ਸਾਡੇ ਪੰਜਾਬ ਦਾ ਕਾਲਰ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਰਕੇਸ਼ ਕੁਮਾਰ ਬੋਲ ਰਿਹਾ ਜੀ ਫਿਲੌਰ ਤੋਂ ਹਾਂ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਮਾਨ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਕੀ ਹਾਲ ਚਾਲ ਹੈ ਮੈਂ ਬਿਲਕੁਲ ਠੀਕ ਹਾਂ ਜੀ ਮਾਨ ਸਾਹਿਬ ਤੁਸੀਂ ਮਤਲਬ ਕਾਫੀ ਪਾਰਟੀਆਂ ਦੇ ਨਾਲ ਕੰਮ ਕਰਦੇ ਹੋ ਮਤਲਬ ਇੱਥੇ ਪ੍ਰਚਾਰ ਵਗੈਰਾ ਕੀਤਾ ਮੋਗੇ 'ਚ ਮੈਂ ਇੱਕ ਗੱਲ ਜਾਨਣੀ ਚਾਹ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਅਕਾਲੀਆਂ ਦੇ ਹੋਣ ਚਾਹੇ ਹੋਰ ਪਾਰਟੀਆਂ ਦੇ ਹੋਣ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਲੋਕ ਇੰਨੇ ਪੈਸਾ ਇਕੱਠਾ ਕਰ ਰਹੇ ਆ ਕੀ ਇਨਸਾਨ ਪੈਸਾ ਖਾ ਸਕਦਾ ਇੰਨਾ ਜ਼ਿਆਦਾ ਜੀ ਜੀ ਇਹਨਾਂ ਦਾ ਜਵਾਬ ਦਮਗਾ ਇੱਕ ਹੋਰ ਕਾਲਰ ਜੁੜੇ ਹੋਣੇ ਸਾਡੇ ਨਾਲ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਰਿਸ਼ਪਾਲ ਸਿੰਘ ਬੋਲਦਾ ਨਹੀਂ ਪਿੰਡ ਸਰਲੀਗਲਾਂ ਤੋਂ ਰਿਸ਼ਪਾਲ ਸਿੰਘ ਪਿੰਡ ਸਰਲੀਗਲਾਂ ਤਹਿਸੀਲ ਖਡੂਰ ਸਾਹਿਬ ਤੋਂ ਹਾਂਜੀ ਰਿਸ਼ਪਾਲ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਮਹਿਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਬਹੁਤ ਵਧੀਆ ਗੱਲ ਕੀਤੀ ਆ ਜੀ ਕਿ ਜਿਹੜਾ ਜੈਨ ਸਾਹਿਬ ਪਾਰਟੀ ਛੱਡ ਕੇ ਦੂਜੀ ਪਾਸ ਪਾਰਟੀ 'ਚ ਗਏ ਆ ਅਕਾਲੀ ਦਲ ਦੇ ਵਿੱਚ ਜੀ ਹਾਂਜੀ ਜੀ ਜੀ ਤੇ ਉਹ ਜਿਹੜਾ ਖਰਚਾ ਹੋਇਆ ਉਹ ਜੈਨ ਸਾਹਿਬ ਨੂੰ ਪੈਣਾ ਚਾਹੀਦਾ ਵਾ ਕਿੰਨਾ ਲੋਕਾਂ ਦੇ ਉੱਤੇ ਬੋਝ ਪੈ ਗਿਆ ਜੈਨ ਸਾਹਿਬ ਨੇ ਤਾਂ ਪੈਸਾ ਕਮਾਉਣ ਲਈ ਉਧਰ ਛਾਲ ਮਾਰੀ ਆ ਤੁਸੀਂ ਖਰਚੇ ਪਾਉਣ ਦੀ ਗੱਲ ਕਰਦੇ ਹੋ ਉਹਦੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਦਾ ਸ਼ੁਕਰੀਆ ਪਹਿਲਾਂ ਫਲੋਰ ਤੋਂ ਜਿਹੜੇ ਸੱਜਣ ਬੋਲੇ ਸਨ ਉਹਨਾਂ ਨੇ ਕਿਹਾ ਕਿ ਇਹ ਗੱਲ ਤਾਂ ਪੈਸੇ ਦੀ ਹੈ ਉੱਥੇ ਲਾਲਚ ਦੀ ਹੈ ਨਿੱਜੀ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਉਹਨਾਂ ਨੇ ਰਾਜਨੀਤਾਂਵਾਂ ਦੀ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਕੀਤੀ ਹੈ ਜੀ ਕਿ ਲੋਕਾਂ ਨੂੰ ਬਿਲਕੁਲ ਯਕੀਨ ਉੱਠ ਗਿਆ ਕਿ 5000 ਕਰੋੜ ਦਾ ਕਪੜਾ ਸਵੇਰੀ ਉੱਠ ਕੇ ਪੜੋ 10000 ਕਰੋੜ ਦਾ ਕਪੜਾ 20000 ਕਰੋੜ ਦਾ ਕਪੜਾ 176000 ਕਰੋੜ ਦਾ ਕਪੜਾ ਸਾਨੂੰ ਤਾਂ ਜ਼ੀਰੋ ਵੀ ਨਹੀਂ ਪਤਾ ਵੀ ਕਿੰਨੀਆਂ ਲੱਗਦੀਆਂ ਇਹਨਾਂ ਨਾਲ ਐਡੇ-ਡੇ ਕਪੜੇ ਕੀਤੇ ਨੇ ਸੁਰਿੰਦਰ ਜੀ ਕਿ ਆਮ ਲੋਕਾਂ ਦੇ ਵੀ ਦਮਾਗ ਉੱਤੇ ਚੱਕਤੇ 5-7 ਕਰੋੜ ਦੇ ਕਪੜੇ ਤਾਂ ਆਮ ਲੋਕ ਵੀ ਖਬਰ ਪੜਨੋਂ ਹਟ ਗਏ ਕਿ ਛੋਟਾ ਮੋੜਾ ਚੋਰ ਹੋਊ ਯਾਰ ਛੱਡ ਪਰੇ ਸੋ ਇਹ ਜਿਹੜਾ ਸਿਆਣੇ ਕਹਿੰਦੇ ਆ ਕਿ ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਨਹੀਂ ਰੱਜਦਾ ਨੀਤਾਂ ਦੇ ਭੁੱਖਿਆਂ ਨੂੰ ਹੁਣ ਕਿੱਥੋਂ ਰਜਾਵਾਂਗੇ ਸੋ ਹੋਪ ਫਾਰ ਦਾ ਬੈਸਟ ਅਸ ਦਾ ਦੀਵਾ ਜਗਾਵਾਂਗੇ ਅੱਛਾ ਤੁਸੀਂ ਇੱਕ ਬਹੁਤ ਵੱਡੀ ਸ਼ਖਸੀਅਤ ਜਿਹੜੀ ਕਾਫੀ ਵੱਡਾ ਨਾਮ ਹੈ ਕਾਂਗਰਸ ਦੇ ਵਿੱਚ ਸਿਆਸੀ ਉਹਦੇ ਤੌਰ ਤੇ ਵੀ ਵੀ ਰਜਿੰਦਰ ਕੌਰ ਪਟਲ ਹਾਂਜੀ ਤੁਸੀਂ ਉਹਨਾਂ ਦੇ ਖਿਲਾਫ ਚੋਣ ਲੜੀ ਕਿ ਤੁਹਾਡਾ ਤੇ ਜ਼ਰਬਾਰਿਆ ਹੈ ਬਹੁਤ ਬਹੁਤ ਜ਼ਿਆਦਾ ਸਾਨੂੰ ਲੋਕਾਂ ਨੇ ਉੱਥੇ ਪਿਆਰ ਦਿੱਤਾ ਇਸੇ ਲਈ ਬਿਨਾਂ ਕਿਸੇ ਵਰਕ ਕਰ ਤੋਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਨਸ਼ੇ ਤੋਂ 27000 ਵੋਟਾਂ ਸਾਨੂੰ ਲਹਿਰਗਾਗੇ ਚ ਪਾਈਆਂ ਤੇ ਮੈਂ ਅੱਜ ਵੀ ਉੱਥੇ ਜਾਉ ਉੱਥੇ ਜਾਣਾ ਉਹ ਉਹ ਉੱਥੇ ਹੀ ਖੜੇ ਨੇ ਲੋਕ ਕਿਉਂਕਿ ਲਹਿਰਾਗਾਗਾ ਹਲਕਾ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਤੁਸੀਂ ਵੀ ਇੱਕ ਜਗ੍ਹਾ ਤੇ ਮੈਨੂੰ ਮਿਲੇ ਸੀ ਹਾਲਾਤ ਉੱਥੇ ਇਹ ਨੇ ਕਿ ਦੁਨੀਆ ਚੰਨ ਤੇ ਚੜ ਗਈ ਤੇ ਉੱਥੇ ਮਾਵਾਂ ਦੀ ਲੇਡੀਜ਼ ਦੀ ਮੰਗ ਕੀ ਸੀ ਔਰਤਾਂ ਦੀ ਪੁੱਤ ਸਾਡੇ ਸਿਰਾਂ ਤੋਂ ਇੰਨੂੰ ਲਹਾ ਦੇ ਅਸੀਂ 3-3 ਕਿਲੋਮੀਟਰ ਤੋਂ ਪਾਣੀ ਦੇ ਘੜੇ ਭਰ ਕੇ ਲੈ ਕੇ ਆਉਂਦੇ ਹਾਂ ਹਜੇ ਤੱਕ ਅਸੀਂ ਦੁਨੀਆ ਚੰਤੇ ਜਾਈ ਜਾਂਦੀ ਹੈ ਸਾਡੀਆਂ ਮੰਗਾ ਅਸੀਂ ਪੰਜਾਬ ਦੇ ਜਿੰਨੇ ਵੀ ਬੈਕਵਰਡ ਏਰੀਆ ਨੇ ਸਭ ਤੋਂ ਜ਼ਿਆਦਾ ਬੈਕਵਰਡ ਏਰੀਆ ਲਹਿਰਾ ਗਏ ਸਭ ਤੋਂ ਵੱਧ ਸੂਈਸਾਈਡ ਮੂਨਕ ਤਹਿਸੀਲ ਦੇ ਵਿੱਚ ਹੋਏ ਨੇ ਕਰਜ਼ੇ ਕਰਕੇ ਘੱਗਰ ਦਰਿਆ ਤੇ ਸਾਥੋਂ ਕਾਬੂ ਨਹੀਂ ਪਾਇਆ ਗਿਆ ਅਜੇ ਤੱਕ ਤੇ ਇਹ ਬਹੁਤ ਵੱਡੇ ਲੀਡਰ ਨੇ ਉਹ ਸਚਾਈ ਮੰਤਰੀ ਵੀ ਰਹੇ ਨੇ ਮੁੱਖ ਮੰਤਰੀ ਵੀ ਰਹੇ ਨੇ ਉਪ ਮੁੱਖ ਮੰਤਰੀ ਵੀ ਰਹੇ ਨੇ ਜਸਟ 72 72 73 ਪਿੰਡ ਨੇ ਜੀ 73 ਪਿੰਡਾਂ ਚੋਂ 40 ਪਿੰਡ ਤਾਂ ਇਹ ਕਹਿੰਦੇ ਸੀ ਕਿ ਵੋਟਾਂ ਮੰਗਣ ਵੀ ਨਹੀਂ ਆਉਂਦੇ ਸਾਡੇ ਕੋਲ ਤੋਂ ਐਦਾਂ ਹੀ ਪੈ ਜਾਂਦੀਆਂ ਸਰਪੰਚਾਂ ਦੇ ਥਰੂ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਹੈਲੋ ਹੈਲੋ ਹਾਂਜੀ ਸਸੀ ਗਾ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਸੀ ਗਾ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਜੀ ਮਾਨ ਲਵਾਲ ਤੋਂ ਹਲਾ ਜ਼ਿਲ੍ਹੇ ਹੰਡੇ ਚ ਜੀ ਹਾਂਜੀ ਕੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਭਗਵਾਨ ਜੀ ਤੁਹਾਨੂੰ ਕਹਿਣਾ ਕਿ ਉਹਨੇ ਜੀ ਬੜਾ ਚੰਗੀ ਕਰਾਈ ਨਾ ਇਹ ਬਸ ਜਿਉਂਦੇ ਆਉਂਦੇ ਹੈ ਜੀ ਹਾਂਜੀ ਨਵੀਂ ਬਾਲਟੀ ਨੂੰ ਅੱਕ ਗਿਆ ਹੁੰਦਾ ਹੀ ਵਧਿਆ ਕਰਨ ਅੱਛਾ ਜੀ ठीक है जी बहुत-बहुत धन्यवाद बहुत वैसे ਤੁਸੀਂ ਜਲਦੀ ਜਲਦੀ ਬੋਲ ਰਹੇ ਹੋ ਪਤਾ ਨਹੀਂ ਲੱਗਦਾ ਮਤਲਬ ਕਿ ਸਪਸ਼ਟ ਬੋਲਣਾ ਚਾਹੀਦਾ ਆ ਸ਼ਾਇਦ ਕਿ ਨਵੀਂ ਪਾਰਟੀ ਤੁਸੀਂ ਅੱਗੇ ਲੈ ਆ ਰਹੇ ਹੋ ਇਹ ਵਧੀਆ ਗੱਲ ਹੈ ਵਧੀਆ ਗੱਲ ਹੈ ਲੋਕਾਂ ਦਾ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਹਾਂਜੀ ਹਾਂਜੀ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਜੀ ਜੀ ਬਰਨ ਸਸੀ ਕਾਲ ਜੀ ਅੰਮ੍ਰਿਤਕੜ ਤੋਂ ਬੋਲਦੇ ਹਾਂ ਜੀ ਹਾਂਜੀ ਅੰਮ੍ਰਿਤਕੜ ਤੋਂ ਬੋਲਦੇ ਹੋ ਕੀ ਗੱਲ ਕਰਨੀ ਚਾਹੁੰਦੇ ਹੋ ਉਹ ਮਾਨਸਾ ਭਾਵਨਾ ਗੱਲ ਕਰਾਏ ਜੀ ਹਾਂਜੀ ਸਸੀ ਕਾਲ ਜੀ ਮਾਨਸਾ ਸਸੀ ਕਾਲ ਜੀ ਸਸੀ ਕਾਲ ਜੀ ਮਾਨ ਸਾਹਿਬ ਬਹੁਤ ਵਧੀਆ ਮਤਲਬ ਤੁਹਾਡੇ ਜੀ ਸੋਚਾ ਬਹੁਤ ਵਧੀਆ ਹੈ ਕਿ ਇਹਨਾਂ ਲੋਕਾਂ ਨੇ ਇੱਕ ਆਟਾ ਦਾਲ ਸਕੀਮ ਦੇ ਵਿੱਚ ਲੈ ਕੇ ਲੋਕਾਂ ਨੂੰ ਜੀ ਐਨਾ ਸਕਾਰ ਬਣਾਇਆ ਹੋਇਆ ਜੀ ਕਿ ਬਾਕੀ ਡਰਾਵੇ ਧਮਕਾ ਦਿੰਦੇ ਨੇ ਕਿ ਭਾਈ ਤੁਹਾਡੀ ਆਟਾ ਪਾਪ ਪਹੁੰਚ ਜਾਊਗੀ ਹਮ ਮਾਨ ਸਾਹਿਬ ਤੁਹਾਡੀ ਤੁਹਾਡੇ ਵਿਚਾਰਾਂ ਦੇ ਨਾਲ ਮੇਰਾ ਖਿਆਲ ਹੈ ਜੇ ਸਹਿਮਤ ਹੋ ਜਾਣ ਜੀ ਸਾਰੇ ਲੋਕ ਤਾਂ ਸਾਹਿਬ ਸੱਚਾਈ ਵੱਲ ਨੂੰ ਸਾਡਾ ਦੇਸ਼ ਜਾ ਸਕੇ ਜੀ ਇਹੀ ਲੱਗੇ ਹੋਇਆ ਜੀ ਲੱਗੇ ਹੋਇਆ ਆਪਣੇ ਵੱਲੋਂ ਤਾਂ ਦੀਵਾ ਜਗਾਇਆ ਹੋਇਆ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਮਾਨਸਾ ਸਮਾ ਆਪਣੇ ਕੋਲ ਬਹੁਤ ਘਟਾ ਕਿ ਆਪਾਂ ਆਪਣੇ ਜੁੰਦੇ ਜੀ ਮੈਨ ਫੇਰ ਉਹ ਗੱਲ ਕਰਦਾ ਜੋ ਤੁਸੀਂ ਗੱਲ ਕਰਦੇ ਹੋ ਮੈਨੂੰ ਉਮੀਦ ਲੱਗਣ ਲੱਗ ਜਾਂਦੀ ਹੈ ਕਿ ਤੈਨਾ ਕਿਤੇ ਕੁਝ ਹੋਊਗਾ ਹੋਗਾ ਬਹੁਤ ਜਲਦੀ ਹੋਊਗਾ ਕਦੋਂ ਤੱਕ ਅਸੀਂ ਉਮੀਦ ਕਰ ਸਕਦੇ ਹਾਂ ਸਾਡੇ ਦਰਸ਼ਕ ਕਦੋਂ ਤੱਕ ਉਮੀਦ ਕਰ ਸਕਦੇ ਨੇ ਕਿ ਅਸੀਂ ਇਸ ਸਿਸਟਮ ਨੂੰ ਇਸ ਪ੍ਰਣਾਲੀ ਨੂੰ ਬਦਲਣ ਦੇ ਸਮਰੱਥ ਹੋ ਜਾਵਾਂਗੇ ਦੇਖੋ ਤਬਦੀਲੀ ਜਿਹੜਾ ਉਹ ਕੁਦਰਤ ਦਾ ਕਾਨੂੰਨ ਹੈ ਤਬਦੀਲੀ ਤਾਂ ਹੋਣੀ ਆਣੀ ਸੋ ਹਰ 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 ਵਕਤ ਤਪਸਾ ਅਗਵੀ ਨਹੀਂ ਖਾ ਸਕਦੇ ਹਰ ਰੋਜ਼ ਤਾਂ ਆਪਾਂ ਨੂੰ ਦਾਲ ਵੀ ਨਹੀਂ ਚੰਗੀ ਲੱਗਦੀ ਬਦਲਾਅ ਤਾਂ ਆਉਣੇ ਆਣਾ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਅੱਜ ਚੱਲ ਰਿਹਾ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਫੇਸਬੁੱਕ YouTube Google ਉਹਨਾਂ ਦੇ ਜੇਬ 'ਚ ਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਦੁਨੀਆ ਕਿੱਧਰ ਜਾਈ ਜਾਂਦੀ ਹੈ ਅਸੀਂ ਕਿੱਥੇ ਜਾਈ ਜਾਂਦੇ ਹਾਂ ਪ੍ਰਚਾਰ ਦੇ ਮਾਧਿਅਮ ਦੇ ਸਾਧਨ ਹਾਂ ਠੀਕ ਹੈ ਆਪਣੇ ਹਿਸਾਬ ਨਾਲ ਕਈ ਵਾਰੀ ਇਹ ਆਪਣੀਆਂ ਖਬਰਾਂ ਵੀ ਰੋਕ ਲੈਂਦੇ ਨੇ ਸਾਨੂੰ ਬੋਲਣ ਵੀ ਨਹੀਂ ਦਿੰਦੇ ਸਾਡੀਆਂ ਅਖਬਾਰਾਂ 'ਚ ਵੀ ਜਾਂ ਟੀਵੀ ਤੇ ਵੀ ਸਾਨੂੰ ਆਉਣ ਨਹੀਂ ਦਿੰਦੇ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਵੱਲੋਂ ਦੀਵਾ ਜਗਾਇਆ ਹੋਇਆ ਸੁਜੀਤ ਪਾਤਰ ਸਾਹਿਬ ਦਾ ਸ਼ੇਅਰ ਜਿਹੜਾ ਉਹ ਸਾਡਾ ਵੀ ਹੌਸਲਾ ਵਧਾ ਦਿੰਦਾ ਹੈ ਕਿ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜੇ ਕਿਤੇ ਫੁੱਲਾਂ ਜੋਗੀ ਇੱਕ ਵਾਰੀ ਇਹ ਸ਼ੇਅਰ ਸਾਡੇ ਦਰਸ਼ਕਾਂ ਲਈ ਇੱਕ ਵਾਰੀ ਹੋਰ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮਾ ਲੱਭ ਲਾਂਗੇ ਜੀ ਲੱਗੇ ਹੋਏ ਆ ਸਾਰੇ ਤੇ ਮੈਨੂੰ ਉਮੀਦ ਆ ਕਿ ਲੋਕਾਂ ਦੇ ਨਾਲ ਹੀ ਹੋਣਾ ਸਾਰਾ ਕੁਝ ਮੈਨੂੰ ਉਮੀਦ ਆ ਕਿ ਲੋਕ ਜਿਹੜੇ ਨੇ ਉਸ ਫੁੱਲਾਂ ਜੋਗੀ ਜ਼ਮੀਨ ਜ਼ਰੂਰ ਰੱਖਣਗੇ ਤੇ ਇਸੇ ਪੰਜਾਬ ਦੀ ਰੰਗਲੀ ਫੁੱਲਵਾੜੀ ਜਿਹੜੀ ਆ ਉਹ ਜ਼ਰੂਰ ਖਿੜੂਗੀ ਮਾਨ ਸਾਹਿਬ ਤੁਸੀਂ ਸਟੂਡੀਓ ਚ ਆਏ ਅੱਜ ਦੇ ਵਿਸ਼ੇ ਤੇ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਸੇ ਨਾਲ ਹੀ ਸਾਡਾ ਅੱਜ ਦਾ ਬ੍ਰੇਕਫਾਸਟ ਸ਼ੋ ਇੱਥੇ ਖਤਮ ਹੁੰਦਾ ਕੱਲ ਫੇਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਸੀਂ ਸਾਨੂੰ ਐਡੀਟਰ @dayandnightnews.com ਤੇ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਫਿਲਹਾਲ ਰੱਬ ਰਾਖਾ ਧੰਨਵਾਦ ਖਬਰوں ਕੀ ਦੁਨੀਆ ਮੇ कहीं भी और कभी भी जुड़िए हम मिलेंगे फेसबुक पर हम दिखेंगे यूट्यूब पर, हमें फॉलो कीजिए ट्विटर पर खबरों के साथ बने रहिए रात दिन